सत श्री अकाल दोस्तों, पंजाब वेदर न्यूज़ यूट्यूब चैनल में तुहाडा सारिआं दा स्वागत है जी। गल करदे आं 27 अप्रैल दीआं सूबे पंजाब दीआं खबरां बारे। पहली खबर दोस्तों, पटियाला दे रजिंद्रा हस्पताल च कोरोना नाल 31 मौतां, लाशां रखण लई मोर्चरी च वी नहीं बची जगह। पंजाब च इस वेले कोरोना वायरस दा कहर हुण वधदा ही जा रहा है। पटियाला दे सरकारी रजिंद्रा हस्पताल च पिछले 24 घंटिआं दौरान कोविड-19 ने 31 मरीजां दी जान लै ली है। हुण मुरदा घर विच लाशां रखण लई कोई जगह तक नहीं बची है। दस दईए कि इत्थे एक वार विच सिर्फ 16 लाशां ही रखियां जा सकदियां हन। हस्पताल दे अधिकारियां ने दस्सिया कि इन्हां चों 3 व्यक्तियां दी मौत एकांतवास वाले वार्ड च हुई है ते उन्हां कोविड टैस्ट दे नतीजिआं दी हाले उडीक कीती जा रही सी। इस तों पहलां रजिंद्रा हस्पताल च इक्को दिन कोविड कारण कदे वी इन्नियां ज़्यादा मौतां नहीं होईआं। मीडिया रिपोर्टां अनुसार पिछले 24 घंटे दौरान सब तों वध 13 मौतां हस्पताल दे 8 मंजिला कोविड वार्ड दी 5वीं मंजिल उत्ते स्थित ICU वार्ड विच होईआं हन। पिछले साल तों लै के हुण तक इस हस्पताल विच कोरोना कारण 1300 मौतां हो चुकियां हन। इस वेले इस हस्पताल विच 259 मरीजां दा इलाज चल रहा है। अगली खबर दोस्तों, पंजाब बोर्ड दे 5वीं जमात दे विद्यार्थियों लई जरूरी खबर, इस आधार ते आवेगा नतीजा। कोरोना वायरस कारण पंजाब सरकार वालों लए गए फैसले दे अनुसार पंजाब स्कूल सिक्ख्या बोर्ड दी 5वीं, 8वीं अते 10वीं जमात दीआं बोर्ड परीक्षावां नूं रद्द कर दिता गया सी। 5वीं जमात दे नतीजे संबंधी कलस्टर हैड्स नूं दिशा निर्देश जारी कीते हन, जिस विच कहा गया है कि जेकर कलस्टर हैड वालों मार्किंग ऐप ते अंक अपलोड करन तों रहिंदे हन तां उहनां नूं तुरंत अपलोड ਕੀਤਾ ਜਾਵੇ ਅਤੇ ਚਾਰੇ ਵਿਸ਼ਿਆਂ ਦੀ ਮਾਰਕਿੰਗ ਐਪ ਤੇ ਫਾਈਨਲ ਸਬਮਿਸ਼ਨ 27 ਅਪ੍ਰੈਲ ਤੋਂ ਪਹਿਲਾਂ ਕੀਤੀ ਜਾਵੇ। ਇਸ ਤੋਂ ਇਲਾਵਾ ਕਲਸਟਰ ਦੇ ਅਧੀਨ ਆਉਂਦੇ ਸਕੂਲਾਂ 'ਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦੇ ਅੰਕ ਵੀ ਸਕੂਲ ਦੀ ਲੌਗਇਨ ID ਤੇ ਅਪਲੋਡ ਅਤੇ ਫਾਈਨਲ ਸਬਮਿਸ਼ਨ ਕਰਵਾਉਣਾ ਜ਼ਰੂਰੀ ਕੀਤਾ ਜਾਵੇ। ਅਗਲੀ ਖਬਰ ਦੋਸਤੋ, ਦੇਸ਼ 'ਚ ਕੋਰੋਨਾ ਦੀ ਹਾਹਾਕਾਰ, 24 ਘੰਟਿਆਂ 'ਚ ਆਏ ਰਿਕਾਰਡ 3.52 ਲੱਖ ਨਵੇਂ ਕੇਸ। ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ। ਹਰ ਦਿਨ ਦੇਸ਼ 'ਚ ਕੋਰੋਨਾ ਦੇ ਨਵੇਂ ਕੇਸਾਂ ਦਾ ਰਿਕਾਰਡ ਟੁੱਟਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਅੰਦਰ ਭਾਰਤ ਵਿੱਚ ਰਿਕਾਰਡ ਤੋੜ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਸੋਮਵਾਰ ਭਾਰਤ 'ਚ 3.52 ਲੱਖ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਹੁਣ ਤੱਕ ਦੁਨੀਆ 'ਚ ਸਭ ਤੋਂ ਵੱਡਾ ਅੰਕੜਾ ਹੈ। ਦੱਸ ਦਈਏ ਕਿ ਇਹ ਲਗਾਤਾਰ 5ਵਾਂ ਦਿਨ ਹੈ ਜਦੋਂ ਭਾਰਤ ਵਿੱਚ ਕੋਰੋਨਾ ਦੇ ਕੇਸ 3 ਲੱਖ ਤੋਂ ਪਾਰ ਚਲੇ ਗਏ ਹਨ। ਕੋਰੋਨਾ ਕੇਸਾਂ ਦਾ ਵਾਧਾ ਗ੍ਰਾਫ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੇਸ ਵਧਣ ਦੇ ਨਾਲ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਰੋਜ਼ਾਨਾ 2000 ਤੋਂ ਉੱਪਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਅਗਲੀ ਖਬਰ ਦੋਸਤੋ, ਦੂਜੇ ਕੇਸ ਵਿੱਚੋਂ ਵੀ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ। ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ 3 ਮਹੀਨੇ ਤੋਂ ਪੁਲਿਸ ਹਿਰਾਸਤ ਵਿੱਚ ਬੰਦ ਦੀਪ ਸਿੱਧੂ ਦੀ ਇੱਕ ਕੇਸ ਵਿੱਚ ਪਹਿਲਾਂ ਜ਼ਮਾਨਤ ਹੋਈ ਸੀ ਅਤੇ ਜਿਸ ਦਿਨ ਉਸ ਨੇ ਬਾਹਰ ਆਉਣਾ ਸੀ ਉਸ ਦਿਨ ਉਸ ਉੱਪਰ ਇੱਕ ਹੋਰ ਕੇਸ ਦਰਜ ਕਰਕੇ ਰਿਮਾਂਡ ਦੀ ਮੰਗ ਪੁਲਿਸ ਨੇ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤੀ ਸੀ ਅਤੇ ਸੋਮਵਾਰ ਦੀਪ ਸਿੱਧੂ ਦੀ ਦੂਜੇ ਪਾਏ ਕੇਸ ਵਿੱਚ ਵੀ ਜ਼ਮਾਨਤ ਹੋ ਗਈ ਹੈ। ਇਹ ਜਾਣਕਾਰੀ ਵਕੀਲ ਹਰਿੰਦਰ ਸਿੰਘ ਖੋਸਾ ਵੱਲੋਂ ਦਿੱਤੀ ਗਈ ਹੈ। ਅਗਲੀ ਖਬਰ ਦੋਸਤੋ, ਹੁਣ ਪੰਜਾਬ ਪਹੁੰਚਣ ਲੱਗੇ ਦੂਜੇ ਰਾਜਾਂ ਦੇ ਕੋਰੋਨਾ ਮਰੀਜ਼। ਦੇਸ਼ ਭਰ ਵਿੱਚ ਕੋਰੋਨਾ ਕਹਿਰ ਮਗਰੋਂ ਦੂਜੇ ਰਾਜਾਂ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਹਨ। ਪੰਜਾਬ ਵਿੱਚ ਦਿੱਲੀ, ਹਰਿਆਣਾ ਤੇ ਹਿਮਾਚਲ ਤੋਂ ਆ ਕੇ ਮਰੀਜ਼ ਇਲਾਜ ਕਰਵਾ ਰਹੇ ਹਨ। ਪੰਜਾਬ ਵਿੱਚ ਦੂਜਿਆਂ ਰਾਜਾਂ ਦੇ ਮੁਕਾਬਲੇ ਵਧੀਆ ਸਿਹਤ ਸਹੂਲਤਾਂ ਕਰਕੇ ਮਰੀਜ਼ ਇੱਥੇ ਪਹੁੰਚ ਰਹੇ ਹਨ। ਦੱਸ ਦਈਏ ਕਿ ਗੁਆਂਢੀ ਰਾਜਾਂ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਤੇ ਆਕਸੀਜਨ ਦੀ ਸਪਲਾਈ ਦੀ ਘਾਟ ਕਾਰਨ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਵਿੱਚ ਕੋਰੋਨਾ ਮਰੀਜ਼ਾਂ ਨੇ ਪੰਜਾਬ ਵੱਲ ਰੁਖ ਕੀਤਾ ਹੈ। ਦਿੱਲੀ ਤੋਂ ਆਏ ਬਹੁਤ ਸਾਰੇ ਮਰੀਜ਼ ਪਟਿਆਲਾ, ਜਲੰਧਰ ਤੇ ਹੋਰ ਥਾਵਾਂ ਦੇ ਹਸਪਤਾਲਾਂ ਵਿੱਚ ਦਾਖਲ ਹਨ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ ਵੀ ਪੰਜਾਬ ਆ ਰਹੇ ਹਨ। ਪਟਿਆਲਾ ਦੇ ਸਿਵਲ ਸਰਜਨ ਡਾਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਦਿੱਲੀ ਦੇ 13-14 ਮਰੀਜ਼ ਰਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹਨ। ਡਾਕਟਰ ਨੇ ਕਿਹਾ ਕਿ ਦਿੱਲੀ ਸਥਿਤ ਕੋਵਿਡ-19 ਦੇ ਮਰੀਜ਼ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਉਹ ਪੰਜਾਬ ਆ ਰਹੇ ਹਨ। ਬਹੁਤ ਸਾਰੇ ਮਰੀਜ਼ ਆਪਣੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਰਾਹੀਂ ਪੰਜਾਬ ਦੇ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ। ਦੂਜੇ ਰਾਜਾਂ ਦੇ 35-40 ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋੜੀ ਨੇ ਕਿਹਾ ਕਿ ਇਹਨਾਂ ਮਰੀਜ਼ਾਂ ਵਿੱਚੋਂ 12-13 ਮਰੀਜ਼ ਦਿੱਲੀ ਦੇ ਹਨ, ਜਦਕਿ ਬਾਕੀ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ ਦੇ ਹਨ। ਅਗਲੀ ਖਬਰ ਦੋਸਤੋ, ਪੰਜਾਬ ਦੇ ਇਹਨਾਂ 6 ਜ਼ਿਲ੍ਹਿਆਂ 'ਚ ਹਾਲਾਤ ਚਿੰਤਾਜਨਕ, 15% ਤੋਂ ਉੱਪਰ ਪੋਜ਼ਿਟਿਵਿਟੀ ਰੇਟ। ਪੰਜਾਬ 'ਚ ਕੋਰੋਨਾ ਮਹਾਮਾਰੀ ਨੇ ਇਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਸੂਬੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਦੇ 6 ਜ਼ਿਲ੍ਹਿਆਂ 'ਚ ਕੋਰੋਨਾ ਬਿਮਾਰੀ ਦੀ ਪੋਜ਼ਿਟਿਵਿਟੀ ਦਰ ਬਹੁਤ ਜ਼ਿਆਦਾ ਹੈ, ਜਿਸ ਨੇ ਸਿਹਤ ਵਿਭਾਗ ਨੂੰ ਚਿੰਤਾ 'ਚ ਪਾਇਆ ਹੋਇਆ ਹੈ। ਪਿਛਲੇ ਇੱਕ ਹਫ਼ਤੇ ਦੌਰਾਨ
ऐसे ऐसे नगर फिरोजपुर बठिंडा फाजिलका मानसा और मुक्तसर जिले च 15% तो वध पॉजिटिविटी दर दर्ज की गई है। सेहत अधिकारियों वालों रोजाना 50,000 के करीब टैसट करवाए जा रहे हैं। इस समय दौरान सारे जिले च 3.68 लाख करोना के नमूने लाए गए, जिन्हों चो 37,198 लोगों की रिपोर्ट पॉजिटिव पाई गई। सूबे की कुल पॉजिटिविटी दर 10.10% रही। करोना कारण बुरी तरह प्रभावित हुए जिले चो SES नगर च एक हफ्ते दौरान करोना के 5776 मामले दर्ज किए गए हैं, जिन्हां दी पॉजिटिविटी दर 21.99% रही। अगली खबर दोस्तों, कैप्टन ने कोविड रिव्यू मीटिंग दौरान सूबे विच लॉकडाउन लाउन तो कीता इनकार। पंजाब विच फिलहाल लॉकडाउन नहीं लगेगा। सूत्रां अनुसार मुख्यमंत्री कैप्टन अमरिंदर सिंह ने कोविड रिव्यू मीटिंग विच सूबे विच लॉकडाउन लाउन तो इनकार किया है। मुख्यमंत्री ने मीटिंग विच लॉकडाउन लाउन उपर चर्चा दौरान अहम टिप्पणियां कीतियां। मुख्यमंत्री ने कहा, लॉकडाउन लाउन नाल सूबे विच मुड़ वित्तीय संकट पैदा हो सकता है। मुख्यमंत्री ने कहा कि एक बार वित्तीय संकट पैदा होने कारण 6 महीने वित्तीय खला पैदा हो जाता है। अगली खबर दोस्तों, फगवाड़ा च पति ने पत्नी नूं गला घुट के मौत दे घाट उतारिया। पुलिस नूं सूचना दे के होया फरार। फगवाड़ा नजदीक थाना रावलपिंडी अधीन आउंदे पिंड भाकड़ियाना च पति वल्लों अपनी पत्नी दा गला घुट के बेरहमी नाल कतल करन दा मामला सामने आया है, जिस दी सूचना मिलते ही SP फगवाड़ा सरबजीत सिंह पुलिस समेत मौके ते पहुंचे ते लाश नूं कब्जे च लै लिया। इस संबंधी जानकारी दिंदिया पिंड दे साबका सरपंच गुरदावर सिंह ने दस्या कि मृतका दी पछाण रंजीत कौर पत्नी संदीप सिंह वजों है अते इन्हां दे दो बच्चे, एक 6 साल दा ते दूजा 3 साल दा है। उन्हां दस्या कि अज सवेर ही इस व्यक्ति वल्लों किसे गल नूं लै के ਉਹ ਝਗੜੇ ਦੌਰਾਨ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਆਪ ਹੀ 100 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਸ਼ੀ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਚੁੱਕਾ ਸੀ। ਅਗਲੀ ਖਬਰ ਦੋਸਤੋ, ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ ਤੇ 40 ਲੋਕਾਂ ਖਿਲਾਫ਼ ਕੇਸ, ਮਨਪ੍ਰੀਤ ਬਾਦਲ ਦਾ ਫਰਜੰਦ ਵੀ ਸ਼ਾਮਲ। ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਸਰਕਾਰ ਵੱਲੋਂ ਕੋਰੋਨਾ ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦਰਮਿਆਨ ਸਰਕਾਰ ਦੇ ਬਣਾਏ ਕੋਰੋਨਾ ਨਿਯਮਾਂ ਦੀ ਅਣਦੇਖੀ ਵੀ ਖੂਬ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਬਠਿੰਡਾ ਵਿੱਚ ਨਵੇਂ ਬਣੇ ਮੇਅਰ ਦੀ ਤਾਜਪੋਸ਼ੀ ਸਮੇਂ ਨਾਈਟ ਪਾਰਟੀ ਦੌਰਾਨ ਭਾਰੀ ਇਕੱਠ ਕੀਤਾ ਗਿਆ। ਇਸ ਨਾਈਟ ਪਾਰਟੀ ਵਿੱਚ ਨਵੇਂ ਕੌਂਸਲਰ, ਖਜ਼ਾਨਾ ਮੰਤਰੀ ਦੇ ਬੇਟੇ ਖੁਦ ਸ਼ਾਮਲ ਸਨ। ਦਰਅਸਲ ਬੀਤੀ 23 ਅਪ੍ਰੈਲ ਨੂੰ ਬਠਿੰਡਾ ਵਿੱਚ ਨਗਰ ਨਿਗਮ ਦੇ ਮੇਅਰ ਦੀ ਤਾਜਪੋਸ਼ੀ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਰੀ ਇਕੱਠ ਕੀਤਾ ਗਿਆ ਸੀ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸੀ। ਉਸੇ ਰਾਤ ਗੋਨਿਆਣਾ ਰੋਡ ਤੇ ਬਣੇ ਪੈਲਸ ਵਿੱਚ ਤਾਜਪੋਸ਼ੀ ਦੀ ਖੁਸ਼ੀ ਵਿੱਚ ਨਾਈਟ ਪਾਰਟੀ ਕੀਤੀ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਵੱਲੋਂ ਜਸ਼ਨ ਮਨਾਇਆ ਗਿਆ। ਉੱਥੇ ਹੀ ਇਸ ਪਾਰਟੀ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਅਰਜਨ ਬਾਦਲ ਤੇ ਉਹਨਾਂ ਦੇ ਸਾਲਾ ਜੈਜੀਤ ਸਿੰਘ ਜੌਲ ਵੀ ਸ਼ਾਮਿਲ ਹੋਏ ਸਨ। ਭਾਰੀ ਇਕੱਠ ਹੋਣ ਤੇ ਜਦ ਇਹ ਖਬਰ ਅਖਬਾਰ ਵਿੱਚ ਲੱਗੀ ਤਾਂ ਮਜਬੂਰਨ ਅੱਜ ਬਠਿੰਡਾ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਪਈ। ਇਸ ਦੇ ਚੱਲਦੇ ਪੁਲਿਸ ਵੱਲੋਂ ਪੈਲਸ ਦੇ ਮਾਲਕ ਸਮੇਤ 40 ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। SSP ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ, ਫਿਲਹਾਲ ਅਸੀਂ ਮੁਕੱਦਮਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਗਲੀ ਖਬਰ ਦੋਸਤੋ, ਕੈਪਟਨ ਦੇ ਐਲਾਨ ਮਗਰੋਂ ਲੀਹੋਂ ਲੱਥੀ ਰੋਡਵੇਜ਼ ਦੀ ਲਾਰੀ, 20 ਦਿਨਾਂ 'ਚ ਹੀ 11 ਕਰੋੜ ਦਾ ਨੁਕਸਾਨ। ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਨੂੰ ਦੇਖਦਿਆਂ ਕੈਪਟਨ ਸਰਕਾਰ ਨੇ ਮਹਿਲਾਵਾਂ ਨੂੰ ਖੁਸ਼ ਕਰਨ ਲਈ ਫ੍ਰੀ ਬੱਸ ਸਫ਼ਰ ਦਾ ਐਲਾਨ ਕੀਤਾ ਹੈ। ਬੇਸ਼ੱਕ ਇਸ ਤੋਂ ਔਰਤਾਂ ਦਾ ਖੁਸ਼ ਹਨ, ਪਰ PRTC ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। PRTC ਨੂੰ ਸਿਰਫ 20 ਦਿਨਾਂ ਵਿੱਚ 11 ਕਰੋੜ 60 ਲੱਖ ਰੁਪਏ ਦੇ ਨੁਕਸਾਨ ਹੋਇਆ ਹੈ। ਹੁਣ PRTC ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ 15 ਅਪ੍ਰੈਲ ਤੱਕ 58 ਲੱਖ ਰੁਪਏ ਪ੍ਰਤੀ ਦਿਨ ਅਦਾ ਕਰਨ ਦੀ ਮੰਗ ਕੀਤੀ ਹੈ। PRTC ਨੇ ਮਹੀਨੇ ਦੇ ਅਖੀਰ ਵਿੱਚ ਖੜੇ ਤਨਖਾਹ ਤੇ ਪੈਨਸ਼ਨ ਦੇ ਖਰਚਿਆਂ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਕਾਰਪੋਰੇਸ਼ਨ ਨੇ ਭਵਿੱਖ ਵਿੱਚ ਮੁਫ਼ਤ ਬੱਸ ਸਫ਼ਰ ਲਈ ਅਗਾਊ ਅਦਾਇਗੀ ਲਈ ਵੀ ਬੇਨਤੀ ਕੀਤੀ ਹੈ। ਔਰਤਾਂ ਲਈ ਮੁਫ਼ਤ ਬੱਸ ਸਰਵਿਸ ਨਾਲ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੰਜਾਬ ਸਰਕਾਰ ਦੇ ਮਹਿਲਾਵਾਂ ਲਈ ਫ੍ਰੀ ਸਫ਼ਰ ਦੇ ਐਲਾਨ ਕਰਕੇ ਰੋਡਵੇਜ਼ ਨੂੰ ਰੋਜ਼ਾਨਾ ਕਰੀਬ 58 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਹ ਘਾਟਾ ਹੋਰ ਵੀ ਵਧਣ ਦਾ ਖਦਸ਼ਾ ਹੈ। PRTC ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਘਾਟਾ 65 ਲੱਖ ਤੋਂ ਪਾਰ ਹੋ ਜਾਵੇਗਾ। ਅਜਿਹੇ 'ਚ PRTC ਨੂੰ ਆਪਣੇ ਮੁਲਾਜ਼ਮਾਂ ਨੂੰ ਸੈਲਰੀ ਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣਾ ਵੀ ਭਾਰੀ ਪੈ ਰਿਹਾ ਹੈ। ਦੱਸ ਦਈਏ ਕਿ ਸੂਬਾ ਸਰਕਾਰ ਨੇ 1 ਅਪ੍ਰੈਲ ਤੋਂ ਮਹਿਲਾਵਾਂ ਲਈ ਸਰਕਾਰੀ ਬੱਸਾਂ 'ਚ ਸਫ਼ਰ ਫ੍ਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵੱਧ ਗਈ ਹੈ। ਇਸ ਨਾਲ ਹੀ PRTC ਨੂੰ
होने वाले नुकसान के आंकड़े बढ़ गए। अगली खबर दोस्तों, प्राइवेट हस्पताल ने कहा ऑक्सीजन होने वाली है खत्म, मरीज किते होर ले जाओ। कोरोना के गंभीर मरीजों लिए ऑक्सीजन की घाट पैदा होने लगी है। एतवार अधी रात को जलंधर के प्राइवेट हस्पताल सर्वोदया विच इस गल नू लैके हंगामा हो गया। रात करीब 11-12 बजे हस्पताल विच मरीजों के परिवार वालों नू फोन कर कहा कि उन्हां दे कोल सिर्फ 2 बजे तक दा ही ऑक्सीजन बैकअप है। वो अपने आप मरीजां लई ऑक्सीजन सिलेंडर दा इंतजाम करो जां फिर अपने मरीजां नूं किसे दूजे हस्पताल विच लै जाओ। इह गल सुण के मरीजां दे परिवार वाले भड़क गए अते हस्पताल दे बाहर इकट्ठे हो गए, जिस दे बाद पुलिस भी मौके उत्ते बुलाई गई। देर रात तक किसी तरह हस्पताल दी ऑक्सीजन सप्लाई वधा के हालात नूं काबू कीता गया। उस वेले हस्पताल विच करीब 40 मरीज ऑक्सीजन स्पॉट उत्ते सन। इस हांजी हुण तक दी ताज़ तरीन ते मुख खबरां होर खबरां जानने लई चैनल नूं सबसक्राइब करो अते वीडियो नूं अपने दोस्तां ते परिवार नाल शेयर करना ना भुलना। धन्नवाद दोस्तों।